ਸੋ ਮਹਾਰਾਜ ਸ਼ੇਰ ਸਿੰਘ ਨੰਨ ਭਗਵਾਨ ਦੀ ਜੈ ਚਵਿਚੇਤ ਸੱਚ ਸਮਤ ਇੱਕ ਹਰਪਗਦਵਾਰ ਜਟਵਾਲ ਨੌ ਗੁਰਸਿੱਖ ਆਓ ਅੱਗੇ ਪਿਛਲਾ ਲੇਖਾ ਦੇ ਆ ਚੁਕਾਈਆ ਘੜ ਵਿੱਚੋਂ ਲਾ ਲੋ ਆਪਣੇ ਆਪਣੇ ਜੱਗੇ ਤਪੱਸਿਆ ਪਿਛਲੀ ਝੋਲੀ ਪਾਈਆ ਮੀਤ ਪਿਆਰੇ ਸੱਜਣ ਬਣੋ ਸਕੇ ਸਗਲਾ ਸੰਗ ਬਣਾਈਆ ਤੁਰਦੇ ਸ਼ਬਦ ਜੋ ਅੰਤ ਅਖੀਰੀ ਦੱਸੇ ਪਾਲ ਸਿੰਘ ਦਿਆਂ ਵਧਾਈਆ ਉਸੇ ਦੇ ਅਜੇ ਆ ਗਏ ਸੱਦੇ ਪਿਛਲਾ ਪੰਧ ਮੁਕਾਈਆ ਉਸੇ ਦਾ ਨੂਰ ਉਸੇ ਦੀ ਜੋਤ ਜਗੇ ਸ਼ਬਦ ਸੋਤ ਗجے ਵਧਾਈਆ ਪ੍ਰੇਮ ਪਿਆਰ ਸੱਚ ਪ੍ਰੀਤੀ ਦੇ ਵੇਖੋ ਮਜ਼ੇ ਮਜਲਸ ਆਪਣੇ ਨਾਲ ਰਖਾਈਆ ਅਜੇ ਤੱਕ ਗੁਰਮੁਖੋ ਤੁਹਾਡੇ ਲਿਖੇ ਰੱਖੇ ਅਦੇ ਅਦਾ ਹੈ ਸਾਈ ਕੋ ਵਾਰੇ ਅਗਲਾ ਤੁਹਾਡੀ ਚੋਲੀ ਪਾਈ ਆ ਕਿਰਪਾ ਕਰੇ ਪੁਰਖ ਸਮਰਥੇ ਸਾਹਿਬ ਸੁਆਮੀ ਬੇਪਰਵਾਈਆ ਉਸ ਬ੍ਰਾਹਮਣ ਨੂੰ ਵੇਖੋ ਓਖੇ ਜੋ ਪਿਛਲਾ ਸੰਗੀ ਜੋੜ ਜੜਾਈ ਆ ਜਿਸ ਦੇ ਕਰਮਾਂ ਦੇ ਰੋਗ ਕੱਟੇ ਪਾਪਾਂ ਦੀ ਮਹਿਲਤ ਵਾਈ ਆ ਜਿਸ ਦੇ ਕਰਮਾਂ ਦੇ ਰੋਗ ਕੱਟੇ ਪਾਪਾਂ ਦੀ ਮਹਿਲਤ ਵਾਈ ਆ ਤੁਰ ਸੰਦੇਸ਼ੇ ਦੇ ਕੇ ਸੱਚੇ ਸੱਚ ਸੋਚ ਦੇ ਵਿਖਾਈ ਆ ਜੋ ਤੇਜ ਸਰੂ ਬਾਰਾ ਆਪਣੀ ਕਿਰਪਾ ਕਰ ਮੇਰ ਨਜ਼ਰ ਨਾਲ ਦਰਾਈਆ ਕੁੜਤਾ ਕਹੇ ਮੈਂ ਕਿਉਂ ਗਿਆ ਲਾਥਾ ਮੈਨੂੰ ਪੁੱਛੋ ਚਾਈ ਜਾਈਆਂ ਕੀ ਕਰੇ ਖੇਨਪੁਰ ਖਸਮਰਾਤ ਸ਼ਾ ਪਾਦਸ਼ਾ ਸੱਚਾ ਸ਼ੈਨਛਾਈਆ ਮੈਂ ਕਾਇਆ ਚੋਲਾ ਬਦਲ ਕੇ ਬਦਲੀ ਕੀਤੀ ਝਟ ਪਰਦਾ ਪਰਦਾ ਆਪਣਾ ਦਿੱਤਾ ਉਠਾਈਆ ਸਾਰੇ ਗੁਰਮੁਖ ਖਾਣਾ ਨਾਲ ਲੋ ਤੱਕ ਜੋ ਨੌ ਦਰ ਬੈਠੇ ਪੰਧ ਮੁਕਾਈਆ ਸੱਚ ਦਵਾਰੇ ਆਏ ਹੱਸ ਖੁਸ਼ੀਆਂ ਢੋਲੇ ਗਾਈਆ ਜਿਨ੍ਹਾਂ ਵਿਚੇ ਮਾਰਗ ਲਾਉਣਾ ਸੱਚ ਇਹ ਰੀਤੀ ਸੱਚ ਬਣਾਈਆ ਜੋਤੀ ਜੋਤ ਸਰੂਪ ਹਰਬ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ ਚੱਗਾ ਕਹੇ ਅਸੀਂ ਨੌ ਕਰਨੇ ਲੱਗੇ ਸੀ ਇਸ਼ਨਾਨ ਪਿਛਲੇ ਸਾਥੀ ਨਜ਼ਰੀ ਆਈਆ ਸਾਨੂੰ ਗਲੋਂ ਲੱਥਿਆ ਸਾਨੂੰ ਗਲੋਂ ਲੱਥਿਆਂ ਨੂੰ ਵੇਖ ਕੇ ਇਸ ਬ੍ਰਾਹਮਣ ਨੇ ਮੰਗ ਲਿਆ ਦਾਨ ਅੱਗੇ ਆਪਣੀ ਝੋਲੀ ਡਾਈਆ ਜੇ ਵਿਸ਼ਨਣ ਲਗਿਆ ਮੈਨੂੰ ਦੇ ਦਿਓ ਦਾਨ ਮੈਂ ਜ਼ਰੂਰ ਮਿਲਾਵਾਂ ਭਗਵਾਨ ਵਿਚੋਲਾ ਸਾਚਾ ਸੇਵਕ ਮਾਈਆ ਨੌਂਆ ਕੀਤਾ ਇੱਕ ਫਰਮਾਨ ਕਿਉਂ ਪੰਡਤਾਰਹਿ ਹਸਤਾਈਆ ਉਹਨਾਂ ਨੂੰ ਇਸ਼ਾਰੇ ਨਾਲ ਕਹਿੰਦਾ ਉਹ ਵੇਖੋ ਰੱਬ ਦਾ ਨਿਸ਼ਾਨ 3.5 ਮਿੰਟ ਧਿਆਨ ਲਗਾਈਆ ਅੱਖਾਂ ਮੀਟੋ ਤੁਹਾਨੂੰ ਆ ਜਾਵੇ ਗਿਆਨ ਵਰਖਾ ਵਿਨਾਸ਼ੀ ਦਰਸ ਦਿਖਾਈਆ ਉਹ ਸਾਰੇ ਜਲ ਵਿੱਚ ਬੈਠੇ ਅੱਖਾਂ ਉਂਗਲਾਂ ਨਾਲ ਦਬਾਣ ਅੰਦਰੇ ਅੰਦਰ ਖੋਜ ਖੁਜਾਈਆ ਉਧਰੋਂ ਬ੍ਰਾਹਮਣ ਹੋ ਪ੍ਰਦਾਨ ਆਪੇ ਆਪਣਾ ਹੁਕਮ ਸੁਣਾਈਆ ਸੋਹਣਾ ਸਮਾ ਪ੍ਰਭ ਨੇ ਮਿਲੇ ਆਣ ਖੁਸ਼ੀ ਦਿਨ ਵਖਾਈਆ ਨਵਾਂ ਦੇ ਕੁਰਤੇ ਚੁੱਕ ਕੇ ਭੱਜਿਆ ਵਿੱਚ ਮੈਦਾਨ ਇਹ ਅਗਲਾ ਪੰਧ ਮੁਕਾਈਆ ਮਨ ਵਾਸਨਾ ਆਈ ਜੇ ਮੈਨੂੰ ਪਹਿਲਾਂ ਕਰਾ ਦਿੰਦੇ ਇਸ਼ਨਾਨ ਆਪਣੀ ਸੇਵ ਕਮਾਈਆ ਫੇਰ ਮੈਂ ਸਾਰੇ ਬਸਤਰਾਂ ਦਾ ਇਹਨਾਂ ਕੋਲੋਂ ਮੇਟ ਦਿੰਦਾ ਨਿਸ਼ਾਨ ਪਿਛਲਾ ਸਮਝ ਕੇ ਸੀ ਨਾ ਆਈਆ ਉਹਦੋਂ ਸਾਢੇ 3 ਮਿੰਟਾਂ ਪਿੱਛੋਂ ਅੱਖਾਂ ਖੋਲ ਕੇ ਇੱਕ ਦੂਜੇ ਵੱਲ ਲੱਗੇ ਤਕਾਣ ਤੱਕਣ ਚਾਹੀ ਜਾਂ ਕਿਸ ਤਰ੍ਹਾਂ ਦਾ ਤੈਨੂੰ ਮਿਲਿਆ ਭਗਵਾਨ ਮੈਨੂੰ ਦੇ ਦਰੜਾਈ ਆ ਉਹਨੇ ਜਰ ਨੂੰ ਲਾਲ ਸਿੰਘ ਦਾ ਕੱਪੜਿਆਂ ਵੱਲੇ ਹੋ ਗਿਆ ਖਿਆਲ ਅੱਖ ਨਾਲ ਤੱਕ ਕੇ ਸਭ ਨੂੰ ਇਹ ਸੁਣਾਈਆ ਵੇਖੋ ਪੰਡਤ ਕਿੱਧਰ ਗਿਆ ਸ਼ਿਤਾਬ ਬਸਤਰ ਉਠਾ ਕੇ ਭੱਜਾ ਵਹੋਦਾਇਆ ਇੱਕ ਨੇ ਕਿਹਾ ਅਸੀਂ ਕਰਾਇਆ ਨਹੀਂ ਸੀ ਉਸ ਨੂੰ ਇਸ਼ਨਾਨ ਸਾਡੀ ਭੁੱਲ ਦੀ ਸਜ਼ਾ ਤੇਗਾ ਕਮਲਾ ਰਹਾ ਬੁਗਤਾਇਆ ਚਲੋ ਉਸੇ ਨੂੰ ਜਾ ਕੇ ਦਸੀ ਉਹਦਾ ਬਿਆਨ ਹਾਲਤ ਸਰਬ ਦਰੜਾਈਆ ਇਕੱਠੇ ਹੋ ਕੇ ਆਗੇ ਸੱਚ ਅਸਥਾਨ ਵਾਰਤਾ ਸੱਚ ਦਿੱਤੀ ਸੁਣਾਈਆ ਉਸ ਅੱਗੋਂ ਕਿਹਾ ਉਸ ਅੱਗੋਂ ਕਿਹਾ ਆਓ ਮੇਰੇ ਮਹਿਮਾਨ ਫੇਮ ਪਿਆਰ ਨਾਲ ਜਨਾਈਆ ਕੁਛ ਤੁਹਾਨੂੰ ਸੁਣਾਵਾ ਵਿੱਚ ਕਾਨ ਹੌਲੀ ਜਹੀ ਦੜਾਈਆ ਜਿਸ ਵੇਲੇ ਭਗਤਾਂ ਦਾ ਭਗਵਨ ਬਣ ਕੇ ਆਇਆ ਭਗਵਾਨ ਤੁਹਾਡਾ लेखा-ਦੇਇ ਮੁਕਾਈਆ ਬ੍ਰਾਹਮਣ ਦਾ ਪੂਰਾ ਕਰਿ ਇਸ਼ਨਾਨ ਦਰਮਤ ਮਹਿਲ ਦੇ ਵੇਰ ਧੁਾਈਆ ਅੱਗੇ ਦੇ ਕੇ ਤੁਰ ਫਰਮਾਨ ਸੱਚ ਸੰਦੇਸ਼ਾ ਇੱਕ ਦੜਾਈਆ ਜਨ ਭਗਤੋ ਗੁਰਮੁਖੋ ਤੁਸੀਂ ਕਦੇ ਨਹੀਂ ਹੋਣਾ ਬੇਈਮਾਨ ਕੂੜੀ ਕਿਰਿਆ ਅੰਤਰ ਨਾ ਕੋਈ ਰਖਾਈਆ ਪੁਰਖ ਅਬినాਸ਼ੀ ਹੋਕੇ ਮਿਹਰਵਾਨ ਰਛਿਆ ਕਰੇ ਥਾਉ ਥਾਈਆ ਵੇਲਾ ਵਕਤ ਕੜੀ ਪਲ ਥੇ ਤੇ ਚਵੀ ਚੇਤ ਮਹਾਨ ਮਹਿਮਾ ਕਥ ਅਕਥ ਸਮਝਾਈਆ ਜੋਤੀ ਜੋਤ ਸਰੂਪ ਰਾਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਨਾਂ ਦਰਾਈਆ ਨੋ ਕਹਿਣ ਕਿਸਬੇ ਦੇ ਵੇਖੀਏ ਖੇਲ ਤਮਾਸ਼ੇ ਭੇਵ ਕਵਣ ਖੁਲਾਈਆ ਕਿਸਵਿਦ ਮਿਲੇ ਬੁਰਖ ਅਬినాਸ਼ੇ ਸ਼ਬਦ ਕਮਣ ਸੁਣਾਈਆ ਕਿਸਵਿਦ ਨਿਰਗੁਣ ਨੂਰ ਜੋਤ ਹੋਵੇ ਪ੍ਰਕਾਸ਼ੇ ਅੰਧ ਅੰਧੇਰ ਦਾ ਇਹ ਮਟਾਈਆ ਕਿਸਵਿਦ ਸਗਲਾ ਸੰਗੀ ਹੋਵੇ ਸਾਥੇ ਤੁਰਦਾ ਸੰਗ ਬਣਾਈਆ ਤੇਗ ਬਹਾਦਰ ਕਿਹਾ ਉਹ ਸਮਰਥ ਕਲਾ ਪ੍ਰਵਿਆਪੇ ਆਪਣੀ ਬਣ ਤੇ ਆਪਣੇ ਵਿੱਚ ਰਖਾਈਆ ਤੁਹਾਡੇ ਜੋੜ ਕੇ ਤੁਰਦੇ ਨਾਤੇ ਬੰਧਨ ਆਪਣਾ ਦੇਵੇ ਪਾਈਆ ਸਗਲਾ ਸੰਗ ਬਣਾ ਕੇ ਸਾਥੇ ਸੋਨਾ ਜੋੜ ਜੁੜਾਈ ਆ ਪੂਰਵ ਜਨਮ ਪੂਰੇ ਕਰਕੇ ਘਾਟੇ ਮੰਜ਼ਲੇ ਆਪਣੀ ਦਾਇ ਵਿਖਾਈ ਆ ਜੋਤੀ ਜੋਤ ਸਰੂਪ ਭਰਾਪ ਆਪਣੀ ਕਿਰਪਾ ਕਰ ਸਚ ਦੇਵਨ ਹਰ ਵੜਾਈ ਆ ਤੇਗ ਬਹਾਦਰ ਕਹੇ ਮੇਰੀ ਪ੍ਰਭੂ ਕਰੇ ਪ੍ਰਿਤਪਾਲ ਪਾਲ ਮੇਰੇ ਨਾਉ ਮਿਲੀ ਵੜਾਈ ਆ ਮੇਰੀ ਲੇਖੇ ਲਾਵੇ ਕਹਲ ਜੋ ਤੁਰਦੀ ਸੇਵ ਕਮਾਈ ਆ ਵੜਾਈ ਮਿਲੇ ਉਸੇ ਦੇ ਲਾਲ ਦੋ ਜਹਾਨਾ ਕਰੇ ਰੁਸ਼ਨਾਈ ਆ ਤੁਹਾਡੀ ਅਮਾਨਤ ਤੁਹਾਡੀ ਇਮਾਨਤ ਗੁਰਮੁਖੋਂ ਰੱਖਾਂ ਸੰਭਾਲ ਖਿਆਨਤ ਵਿੱਚ ਨਾ ਕੋਈ ਕਰਾਈਆ ਜਿਸ ਵੇਲੇ ਮੇਰਾ ਬਣਿਆ ਚਮੀਆਂ ਸਾਲ ਦੋ ਚਾਰ ਇੱਕੋ ਰੰਗ ਵਿਖਾਈਆ ਤੁਰ ਸੰਦੇਸ਼ਾ ਦੇ ਅਹਿਵਾਲ ਸਤ ਸੱਚ ਦੇਣਾ ਸਮਝਾਈਆ ਜੋਤੀ ਜੋਤ ਸਰੂਪਰ ਆਪ ਆਪਣੀ ਕਿਰਪਾ ਵਾਰ ਕਰ ਮਿਹਰਬਾਨ ਮਿਹਰ ਨਜ਼ਰ ਉਠਾਈਆ ਪਾਲ ਸਿੰਘ ਕਹੇ ਮੈਂ ਵੇਖਿਆ ਪ੍ਰਿਤਪਾਲਕ ਪਾਲਨ ਹਾਰਾ ਇੱਕੋ ਨਜ਼ਰੀ ਆਈਆ ਗੁਰਮੁਖੋ ਉਸ ਦੇ ਬਣ ਬਣੇ ਰਹੋ ਬਾਲਕ ਬਾਲਿਆਂ ਨਾਲੋਂ ਚੰਗਾ ਆਪਣੀ ਗੋਦ ਠਕਾਈਆ ਉਸ ਦਾ ਰੂਪ ਵੇਖਿਓ ਸਾ ਖਲਸ ਜੋ ਖਲਸ ਦਾਤਾ ਬੇਪਰਵਾਈਆ ਨਿੰਦਰਾ ਵਿੱਚ ਨਾ ਆਇਓ ਆਲਸ ਮਾਇਆ ਮਮਤਾ ਮੋ ਨਾ ਕੋਈ ਵੜਿਆਈਆ ਮੈਂ ਤੁਹਾਡੀ ਕਰਾਂ ਸਫਰਸ਼ ਜ਼ਮਨ ਹੋ ਕੇ ਲਮਾਂ ਬਚਾਈਆ ਅਖਰਾਂ ਵਾਲੀ ਨਾ ਸਮਝਿਓ ਇਬਾਰਤ ਤੁਰਦਾ ਸ਼ਬਦ ਤੁਰਦੀ ਕਰੇ ਪੜਾਈਆ ਜੋ ਤੀਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਰ ਤੁਮਾਈਆ ਪਾਲ ਸਿੰਘ ਕਿਹਾ ਵੇਖੋ ਵੇਲਾ ਵਖਤ ਆਇਆ ਆਪਣੇ ਕੰਢੇ ਸੋਣੀ ਰੁੱਤ ਥਿਤ ਦਿੱਤੀਸ ਪਾਲ ਸਿੰਘ ਕਿਹਾ ਵੇਖੋ ਵੇਲਾ ਵਖਤ ਆਇਆ ਆਪਣੇ ਕੰਢੇ ਸੋਣੀ ਰੁੱਤ ਥਿਤ ਸਹਾਈਆ ਕਿਉਂ ਤੁਸੀਂ ਬੈਠੇ ਪਿੰਡੇ ਨੰਗੇ ਤਨ ਖਾਕੀ ਰਹੇ ਵਿਖਾਈਆ ਸੱਚ ਪੁਛੋ ਪ੍ਰਭ ਨੇ ਕਿਰਪਾ ਕਰਨੀ ਕੂੜ ਕੁੜਿਆਰੇ ਮਿਹਰ ਨਿਗਾਹ ਨਾਲ ਕਰਨੇ ਚੰਗੇ ਖੋਟਿਆਂ ਖਰੇ ਦੇਣੇ ਬਣਾਈਆ ਬਿਨ ਬੰਦਗੀਆਂ ਬਣਾ ਕੇ ਬੰਦੇ ਹੁਕਮ ਆਪਣਾ ਇੱਕ ਸਮਝਾਈਆ ਜੋ ਗੁਰਮੁਖ ਸਾਚੀ ਤਹਰ ਵਿੱਚੋਂ ਲੰਗੇ ਆਪਣਾ ਕੰਦ ਮੁਕਾਈਆ ਵੇਖੋ ਲਿਖਾ ਮੁਕਤਾ ਬ੍ਰਾਹਮਣ ਪੰਡੇ ਨੌ ਜਨਮ ਦਾ ਲੈਣਾ ਝੋਲੀ ਪਾਈਆ ਦੀਨ ਦਿਆਲ ਟੁੱਟੀ ਗੰਡੇ ਨਾ ਤਾਂ ਆਪਣੇ ਨਾਲ ਜੁੜਾਈਆ ਗੁਰਮੁਖ ਬਣਾ ਕੇ ਆਪਣੇ ਸੱਚੇ ਚੰਦੇ ਦੋ ਜਹਾਨ ਕਰੇ ਰੁਸ਼ਨਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇੱਕ ਉਠਾਈਆ ਨੌ ਕਹਿਣਾ ਕਿ ਪੰਡਤ ਦਾ ਹਿਸਾਬ ਸਮਝ ਵਿੱਚ ਕੁਛ ਨਾ ਆਈਆ ਫੁਰਖਾ ਕਾਲ ਕਿਹਾ ਇਸ ਨੂੰ ਕੋਈ ਦੁੱਖ ਤਰ ਦੇ ਆਉਣ ਵਾਲਾ ਸੀ ਅਜ਼ਾਬ ਸੋ ਸਾਡੇ 3 ਮਹੀਨੇ ਸਤਾਈਆ ਪੁਰਖਿਆ ਕਾਲ ਕਿਹਾ ਇਸ ਨੂੰ ਕੋਈ ਦੁੱਖ ਆਉਣ ਵਾਲਾ ਸੀ ਅਜ਼ਾਬ ਜੋ ਸਾਡੇ 3 ਮਹੀਨੇ ਸਤਾਇਆ 36 ਦਿਨ ਇਹਦੀ ਬੰਦ ਰਹਿਣੀ ਆਵਾਜ਼ ਰਸਨਾ ਮੁਖ ਨਾ ਕੋਈ ਹਿਲਾਈਆ ਜਗਤ ਸਨ ਬੰਧੀਆਂ ਦੇਣਾ ਸੀ ਜਵਾਬ ਨਾ ਤਾਕੂੜ ਦੇਣਾ ਤੜਾਈਆ ਇਹ ਖੇਲ ਵੇਖ ਪਾਲ ਸਿੰਘ ਦਿੱਤਾ ਖਾ ਖਰਜ ਅੰਤ ਜਨਾਈਆ ਇਹ ਉਹਨਾਂ ਦਾ ਸਾਥ ਸੰਗੀ ਬਣ ਕੇ ਫੇਰੀ ਗਿਆ ਪਾਈਆ ਕਰਨੀ ਦਾ ਬੜਾ ਚਲਾਕ ਕਰਤੇ ਦਾ ਰੂਪ ਲੈ ਬਦਲਾਈਆ ਨੋਵਾਂ ਦੀ ਗੰਢ ਰਖੀ ਸਾंभ ਆਪਣੇ ਕੋਲ ਟਿਕਾਈਆ ਜੋਤੀ ਜੋਤ ਸਰੂ ਭਰ ਆਪ ਆਪਣੀ ਕਿਰਪਾ ਕਰ ਬਖਸ਼ਣ ਹਰ ਸੱਚੀ ਸਰਨਈਆ ਨੋ ਕਹਿਣ ਅਸੀਂ ਤੇ ਸਮਝਿਆ ਬੜਾ ਚੰਗਾ ਚੰਗਿਆਂ ਵਿੱਚੋਂ ਨਜ਼ਰੀ ਆਈਆ ਜਿਹੜਾ ਤੀਰਥ ਉੱਤੇ ਜਾ ਕੇ ਕਰਦਾ ਮਾਈ ਗੰਗਾ ਪਾਪਾਂ ਮੈਲ ਗਵਾਈਆ ਵਖਰਾ ਵੇਖਿਆ ਇਸ ਕੋਲ ਟੰਗਾ ਜੋ ਜਾਂਦੇ ਰਾਈਆਂ ਲੈ ਚੁਰਾਈਆ ਬਾਹਰੋਂ ਕਰਕੇ ਭੇਖ ਪਖੰਡਾ ਅੰਦਰੋਂ ਠੱਗੀ ਜਾਏ ਕਮਾਈਆ ਜੇ ਪ੍ਰਭੂ ਕਿਰਪਾ ਕਰਕੇ ਇਹਨੂੰ ਬਣਾ ਦੇ ਬੰਦਿਆਂ ਵਰਗਾ ਬੰਦਾ ਅੰਦਰੋਂ ਸੁਰਤੀ ਦੇ ਪੁਆਈਆ ਇਹਦਾ ਮਨ ਨਾ ਰਹੇ ਗੰਦਾ ਕੁੜੀ ਕਿਰਿਆ ਜਾਇਤ ਜਾਇਆ ਫੇਰ ਸਾਡਾ ਬਣੇ ਸੋਣਾ ਸੰਗਾ ਬੰਦਨ ਇੱਕੋ ਨਜ਼ਰੀ ਆਈਆ ਜੈਸਾ ਸਾਡਾ ਨੰਗਾ ਕੀਤਾ ਪਿੰਡਾ ਇਸ ਦੇ ਪਿੱਛੇ ਇਸ ਦਾ ਪਿੰਡਾ ਮਲ ਮਲ ਕੇ ਸੇਵਾ ਲਈਏ ਕਮਾਈਆ ਏ ਪਿਆਰ ਸਾਨੂੰ ਲੱਗੇ ਚੰਗਾ ਜਿਸ ਦਾ ਲੇਖਾਗੇ ਨਜ਼ਰੀ ਆਈਆ ਜੋਤੀ ਜੋਤ ਸਰੂ ਭਰਾ ਬ ਆਪਣੀ ਕਿਰਪਾ ਕਰ ਬਖਸ਼ਣ ਹਰ ਸੱਚੀ ਸਰਨਾਈਆ ਚਵੀ ਚੇਤ ਕਹੇ ਮੈਂ ਜਸ ਦੀ ਰਖੀ ਉਡੀਕ ਬੈਠਾ ਰਹਾ ਧਿਆਨ ਲਗਾਈਆ ਉਸੇ ਦੀ ਆ ਗਈ ਤਰੀਖ ਪ੍ਰਭੂ ਤਬਦੀਲੀ ਦੇ ਕਰਾਈਆ ਗੁਰਮੁਖਾਂ ਦੀ ਵੇਖ ਪ੍ਰੀਤ ਪ੍ਰੀਤਮੇ ਆਪਣੀ ਦਇਆ ਕਮਾਈਆ ਪਿਛਲੇ ਮਹੀਨੇ ਵਿੱਚ ਲਿਆਂਦੇ ਕਸੀਟ ਸ਼ਬਦ ਡੋਰੀ ਤੰਦ ਬੰਧਾਈਆ ਕਰੇ ਖੇਲੇ ਅਗੰਮੀ ਜੀਵ ਅਜਬ ਲੀਲਾ ਆਪ ਵਰਤਾਈਆ ਬ੍ਰਾਹਮਣ ਲਿਆਂਦਾ ਕਰੀਬ ਆਪਣਾ ਹੁਕਮ ਸੁਣਾਈਆ ਜਿਸਨੇ ਅੱਗੇ ਬਣਨਾ ਸੀ ਮਰੀਜ਼ ਤਬੀਬ ਬਣ ਕੇ ਗੁਰਮੁਖੋ ਉਸ ਦਾ ਰੋਗ ਦਿਓ ਮਟਾਈਆ ਜੋਤੀ ਜੋਤ ਸਰੂਪ ਹਰਿਆ ਪਾਪਣੀ ਕਿਰਪਾ ਕਰ ਬਖਸ਼ਣਾ ਹਾਰ ਸਚੀ ਸਰਨਾਈਆ ਗੁਰ ਸੇਖਾ ਕਹਿਣ ਪ੍ਰਭੂ ਸਾਨੂੰ ਦੇ ਗਿਆਨ ਕਿਸ ਵਿਦ ਲੈਣਾ ਦੇ ਇਹ ਚੁਕਾਈਆ ਅਬినాਸ਼ੀ ਕਰਤੇ ਕਿਹਾ ਫੜਕੇ ਕਰਾਓ ਇਸ਼ਨਾਨ ਪਿਛਲੇ ਸਾਥੀ ਸੇਵ ਕਮਾਈਆ ਦੁਆਬੇ ਵਾਲਿਓ ਇਹ ਫਰਮਾਨ ਤੁਰ ਦਰਗਾਹੀ ਦਇ ਜਣਾਈਆ ਜਿਸ ਸਮੇਂ ਤਾਰਾ ਸਿੰਘ ਜਣਾ ਵਿੱਚ ਮਸਾਨ ਤੁਸਾਂ ਹਾਜ਼ਰ ਹੋਣਾ ਆਣ ਮਕਾਨ ਵਾਲਾ ਨਾ ਰੂਪ ਬਣਾਈਆ ਇਸ ਦਾ ਲੇਖਾ ਮੁਕੇ ਵਿੱਚ ਜਹਾਨ ਅੱਗੇ ਮਿਲੇ ਸ੍ਰੀ ਭਗਵਾਨ ਵਿਛੋੜਾ ਪੰਧ ਦਿਨਾ ਮੁਕਾਈਆ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰੇ ਉਸੇ ਦਾ ਲੇਖਾ ਉਸੇ ਦਾ ਲੈਣਾ ਆਪਣੀ ਕਿਰਪਾ ਨਾਲ ਉਸੇ ਦੀ ਝੋਲੀ ਪਾਈਆ ਨੰਗਾ ਪਿੰਡਾ ਕਹੇ ਮੇਰੀ ਇੱਕ ਮੰਗ ਮੰਗਤ ਹੋ ਕੇ ਰਹਾ ਧਿਆਨ ਜਨਾਈਆ ਅਬਿਨਾਸ਼ੀ ਕਰਤੇ ਝਾੜਦੇ ਆਪਣਾ ਰੰਗ ਮਿਹਰਬਾਨ ਪਾਸ਼ਾ ਪਾਦਸ਼ਾ ਸੱਚੇ ਸ਼ੇਨਛਈਆ ਤੇਰਾ ਬਣਿਆ ਸੰਗ ਹਰ ਸੰਗਤ ਜੋੜ ਜੜਾਈਆ ਸਾਨੂੰ ਪਿਛਲਾ ਭੁੱਲ ਜਾਏ ਆਨੰਦ ਦੇ ਆਪਣਾ ਆਨੰਦ ਦੇ ਵਿਖਾਈਆ ਆਤਮ ਪਰਮਾਤਮ ਪਾਦੇ ਗੰਢ ਤੋ ਜਹਾਨਾ ਨਾ ਹੋਵੇ ਜੁਦਾਈਆ ਤੂੰ ਸ਼ਾ ਪਾਦਸ਼ਾ ਸੂਰਾ ਸਰਬੰਗ ਤੂੰ ਸ਼ਾ ਪਾਸ਼ਾ ਸੂਰਾ ਸਰਬੰਗ ਜੋਤੀ ਜੋਤ ਸਰੂ ਭਰੇ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇੱਕ ਉਠਾਈਆ ਨੰਗਾ ਪਿੰਡਾ ਦੇ ਵੇ ਦਾਤ ਦਿਆ ਵਾਂਦਿਆ ਕਮਾਈਆ ਜਨ ਭਗਤੋ ਚਵੀ ਚੇਤ ਨੂੰ ਸਦਾ ਰਹਾ ਤੁਹਾਡੇ ਸਾਥ ਵਿਛੋੜਾ ਨਜ਼ਰ ਕੋਈ ਨਾ ਆਇਆ ਪੇਵ ਖੁਲਾ ਕੇ ਆਪਣਾ ਆਪ ਪਰਦੇ ਦਿਆਂ ਚੁਕਾਇਆ ਜਨਮ ਕਰਨ ਦੇ ਕੱਟ ਕੇ ਪਾਪ ਪਤਿਤ ਪੁਨੀਤ ਦੇ ਆ ਬਣਾਈ ਆ ਦਰਸ ਵਿਖਾਵਾ ਸਾਖਿਆਤ ਸੰਮੁਖ ਹੋ ਕੇ ਨਜ਼ਰੀ ਆਈ ਆ ਜੋਤੀ ਜੋਤ ਸਰੂਪ ਰਾਪ ਆਪਣੇ ਕਿਰਪਾ ਕਰ ਬਖਸ਼ਣ ਹਰ ਸੱਚੀ ਸਨਾਈ ਆ ਚਵੀ ਚੇਤ ਕਹੇ ਤੁਹਾਡੀ ਸੁਰਤੀ ਕਰੇ ਚੇਤਨ ਚਿੰਤਾ ਚਿਖਾ ਦੇ ਮਿਟਾਈ ਆ ਤੁਹਾਡੀ ਪਟਕਣਾ ਮਿਟੇ ਵਾਸਨ ਮਨਮਨਸਾ ਮਨ ਹੀ ਮਹਿ ਸਮਾਈ ਆ ਭਾਗ ਲਗਾਵੇ ਤੁਹਾਡੇ ਤਨ ਤੰਦ ਸਤਾਰ ਦਏ ਹਿਲਾਈ ਆ ਜੋ ਸ਼ਬਦ ਬਚਨ ਸੁਣ ਕੇ ਜਾਓ ਕੰਨ ਕਰ ਜਾ ਨਾ ਦੇਣਾ ਭੁਲਾਹੀਆ ਪ੍ਰੇਮ ਪਿਆਰ ਦਾ ਬੇੜਾ ਰਹਾ ਬਾਨੇ ਆਪਣੇ ਕਾਂਦੇ ਉਠਾਈਆ ਕੂੜ ਕੁੜਿਆ ਰਹਾ ਡੰਨ ਝੋਟ ਤੁਰਦੀ ਇੱਕ ਜਣਾਈਆ ਅੱਖੀ ਵੇਖ ਕੇ ਨੇਤਰ ਬਣੇ ਨਾ ਰਹੋ ਅੰਨ ਉੰਦਲਾ ਪਰਨ ਦੇਣਾ ਗਵਾਈਆ ਪ੍ਰਭੂ ਕੋਈ ਲੋੜ ਨਹੀਂ ਕਿਸੇ ਦੀ ਧਨ ਜਗਤ ਮਾਇਆ ਨਾ ਕੋਈ ਪਰਮਾਇਆ ਸਾਚੇ ਮਾਰਗ ਜੋ ਜਨ ਰਹਿ ਚੱਲ ਭੱਜੇ ਵਾਹੋ ਦਈਆ ਜੋਤੀ ਜੋਤ ਸਰੂਪ ਰੱਬ ਆਪਣੀ ਕਿਰਪਾ ਕਰ ਮੇਹਰ ਨਜ਼ਰ ਇਕ ਉਠਾਈਆ ਨੌ ਕਹਿਣ ਨੌ ਕਹਿਣ ਅਸੀਂ ਕਿਉਂ ਆਏ ਦੁਆਬੇ ਦੋ ਦਰਿਆ ਦੇਣ ਗਵਾਈਆ ਨੌਵਾਂ ਕਹੇ ਸਾਡੇ ਪਿਛਲੇ ਦਰਸੀਮਾ ਪੇ ਉਹਨਾਂ ਦੀ ਯਾਦ ਯਾਦ ਖਿੱਚ ਲਈ ਆ ਲਾਲ ਸਿੰਘ ਕਿਹਾ ਮੈਂ ਤੁਹਾਡੇ ਨਾਲੋਂ ਛੇਤੀ ਛੱਡ ਕੇ ਆਪਣਾ ਸਾਥੇ ਕੀੜੀ ਰੂਪ ਬਦਲਾਈ ਆ ਇਹ ਕਿਆਸ ਰੱਖ ਕੇ ਗਿਆ ਸੀ ਸਾਡੇ ਸਾਰਿਆਂ ਦਾ ਪ੍ਰਭੂ ਆਪੇ ਪਰਦਾ ਢਾਕੇ ਓਡਣੇ ਆਪਣਾ ਨਾਮ ਪਾਈ ਆ ਸਨਮੁਖ ਹੋ ਕੇ ਕਰੇ ਬਾਤੇ ਸ਼ਬਦਨਾਦ ਤੁਨ ਸੁਣਵਾਈ ਆ ਸਾਨੂੰ ਬੱਚੂ ਬੱਚੂ ਆਖੇ ਪੁੱਤਰਾ ਵਾਂਗ ਗੋਦ ਸੁਹਾਈਆ ਸਾਨੂੰ ਭੁੱਲ ਜਾਣ ਪਿਛਲੇ ਮਾਪੇ ਝੂਠਾ ਨਾਤਾ ਨਾ ਕੋਈ ਰਖਾਈਆ ਬ੍ਰਾਹਮਣ ਦੇ ਕੱਪੜੇ ਨਾ ਰਹਿਣ ਪਾਟੇ ਸੁਣੀ ਦਸਤਾਰ ਸੀਸ ਦੇ ਵੇ ਬੰਧਾਈਆ ਅੱਗੇ ਮੰਜ਼ਲ ਰਹੇ ਨਾ ਦਵਾਟੇ ਸੱਚੇ ਪੌੜੇ ਦੇ ਵੇ ਚੜਾਈਆ ਜਨ ਭਗਤਾ ਕਥਾ ਕਹਾਣੀ ਦੱਸੇ ਸੱਚੇ ਸੱਚ ਸੱਚ ਜਣਾਈਆ ਤੁਸੀਂ ਬਣੇ ਨਾ ਰਹੋ ਸਦਾ ਕਾਕੇ ਜੋ ਬਣ ਤੁਹਾਡਾ ਲੈ ਅੰਗੜਾਈਆ ਤੁਹਾਡੇ ਬਦਲ ਦੇਣੇ ਪਾਸੇ ਨਰਦ ਨਟੀ ਨ ਕੋਈ ਰਖਾਈਆ ਵੇਖਣ ਹਾਰਾ ਖੇਲ ਤਮਾਸ਼ੇ ਨਿਰਗੁਣ ਨਿਰਾਕਾਰ ਨਿਰੰਕਾਰ ਆਪਣਾ ਖੇਲ ਕਰਾਈਆ ਜੋਤੀ ਜੋਤ ਸਰੂਪ ਰਾਮ ਆਪਣੀ ਕਿਰਪਾ ਕਰ ਚਨ ਕਵਲ ਦੇਵੇ ਨਿਵਾਸੇ ਨਿਵਾਸ ਸਥਾਨ ਇੱਕੋ ਇੱਕ ਵਿਖਾਈਆ ਪੰਡਤ ਕਹੇ ਜਿਸ ਵੇਲੇ ਇਸ਼ਨਾਨ ਕੀਤਾ ਮੈਨੂੰ ਲੱਗੀ ਠੰਡ ਅਗਨੀ ਤਤ ਬੁਝਾਈਆ ਮੇਰੇ ਜਨਮ ਕਰਮ ਦੀ ਪਿਛਲੀ ਖੁੱਲ ਗਈ ਸਾਰੀ ਗੰਢ ਲੇਖਾਂ ਨਜ਼ਰ ਕੋਈ ਨਾ ਆਈਆ ਮੈਂ ਅੰਦਰੇ ਅੰਦਰ ਮੰਗੀ ਇੱਕ ਮੰਗ ਚੋੜੀ ਖਾਲੀ ਅੱਗੇ ਡਾਈਆ ਪ੍ਰਭੂ ਜਿਨ੍ਹਾਂ ਦਾ ਮੇਰੇ ਨਾਲ ਸੰਗ ਨਵਾਂ ਦੇ ਨੋਂ ਨੋਂ ਜਨਮ ਦੇ ਮੇਰੇ ਲਿਖੇ ਆਪਣੀ ਚੋੜੀ ਪਾਈਆ ਸਭ ਕੁਝ ਤੇਰੇ ਹੱਥੇ ਦੇਵਨ ਹਰ ਸਚੀ ਸਰਨਾਈਆ ਗੁਰ ਅਵਤਾਰ ਪੀਰ ਪੈਗੰਬਰ ਟੇਕਣ ਮਾથે ਬੈਠੇ ਸੀਸ ਝੁਕਾਈਆ ਬਿਨ ਤੇਰੀ ਕਿਰਪਾ ਤੇਰਾ ਹੁਕਮ ਕਿਹੜਾ ਵਾਚੇ ਜਗਤ ਬੁੱਧੀ ਨਾ ਕੋਈ ਚਤਰਾਈਆ ਪੁਰਖ ਕਾਲ ਕਿਹਾ ਮੈਂ ਮਾਰਗ ਲਾਉਣਾ ਸੱਚ ਸੱਚ ਸੁੱਚਦਿਆਂ ਦਰੜਾਈਆ ਕੁੜੀ ਕਿਰਿਆ ਤੋੜ ਕੇ ਨਤੇ ਤੁਰਦਾ ਮੇਲ ਲੈਣਾ ਮਿਲਾਈਆ ਜਬ ਦੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ ਬ੍ਰਾਹਮਣ ਕਹੇ ਜਿਸ ਵੇਲੇ ਮੇਰੇ ਉੱਤੋਂ ਦੀ ਵਗੀ ਜਲ ਧਾਰ ਆਪਣੀ ਸੇਵ ਕਮਾਈਆ ਮੈਂ ਪ੍ਰਭ ਨੂੰ ਕਰਕੇ ਨਮਸਕਾਰੇ ਆਪਣੀ ਪੁਲ ਬਖਸ਼ਾਈਆ ਪਿਛਲਾ ਕਰਜ਼ਾ ਦਿੱਤਾ ਉਤਾਰ ਨਵਾਂ ਦੀ ਉਧਾਰ ਨਵਾਂ ਦਾ ਉਧਾਰ ਝੋਲੀ ਦਿੱਤਾ ਪਾਈਆ ਪੰਡਤ ਕਹੇ ਮੈਂ ਛੜਿਆ ਵਿਕਾਰ ਝੂਠ ਝੂਠ ਬਾਹਰ ਦਿੱਤਾ ਕਢਾਈਆ ਅੱਗੇ ਮੈਨੂੰ ਕੋਈ ਨਾ ਕਿ ਹੋਰ ਚੋਰ ਠੱਗ ਯਾਰ ਕੁੜੀ ਕਰਿਆ ਤੇ ਦਿੱਤ ਜਾਈਆ ਜਿਸ ਵੇਲੇ ਮੈਨੂੰ ਨਵਾਂ ਨੇ ਦਿੱਤਾ ਨੂੰ ਹਾਲ ਮੇਰਾ ਲੈਣਾ ਦਿੱਤਾ ਬਦਲਾਈਆ ਨਾ ਧੋਕੇ ਦਰਸ ਪਾਇਆ ਚਮਿਆਰ ਯਾਰ ਰਵਿਦਾਸ ਉਹੋ ਨਜ਼ਰੀ ਆਈਆ ਜੋ ਨੰਗੇ ਪਿੰਡੇ ਸੇਵਾ ਕਰਦਾ ਰਹਾ ਵਿੱਚ ਸੰਸਾਰ ਪਾਣਾ ਗੰਢਗੇ ਛੱਟ ਲੰਗਾਈਆ ਨੌ ਜਣੇ ਤੁਸੀਂ ਵੀ ਉਸ ਵੇਲੇ ਆ ਕੇ ਖੇਡਦੇ ਸੀ ਸ਼ਿਕਾਰ ਝਾੜ ਖੱਡਾਂ ਫੋਲ ਫੁਲਾਈਆ ਉਸ ਵੇਲੇ ਹੁੰਦੀ ਰੁੱਤ ਸੀ ਹਾੜ ਅਗਨੀ ਅੱਗ ਸਤਾਈਆ ਤੁਸੀਂ ਗਲੋਂ ਕਪੜੇ ਲੈ ਸੀ ਉਤਾਰ ਨੰਗੇ ਪਿੰਡੇ ਜਿਸ ਦੇ ਕੋਲ ਬੈਠੇ ਚਾਈ ਚਾਈਆ ਉਸ ਨੇ ਕਿਹਾ ਹੱਸ ਕੇ ਨਾਲ ਪਿਆਰ ਕੀ ਮਾਰਿਆ ਸ਼ਿਕਾਰ ਮੈਨੂੰ ਦਿਓ ਸਮਝਾਈਆ ਸਾਰੇ ਕਹਿਣ ਕੁਛ ਹੱਥ ਨਹੀਂ ਆਇਆ ਯਾਰ ਐਵੇਂ ਬਣੇ ਬੰਦੀ ਰਹੀ ਆ ਉਹਨੇ ਆਖਿਆ ਆਹ ਵੇਖੋ ਮੇਰੀ ਰੰਬੀ ਤਿਆਰ ਜਿਸ ਉੱਤੇ ਲਿਖਿਆ ਸੋ ਹੰਮਾਰਾ ਸ਼ੇਰ ਸਿੰਘ বিষ্ণੂ ਭਗਵਾਨ ਜਿਸ ਦੇ ਕੋਲੋਂ ਤੁਹਾਨੂੰ ਮਿਲਣਾ ਤਾਂ ਲੈਣਾ ਚੁਕਣਾ ਵਿੱਚ ਜਹਾਨ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ 9 ਕਹਿਣ 10 ਚਮਰੇਟੇ ਕੀ ਸਾਨੂੰ ਰਹਾ ਜਣਾਈ ਆ ਰਵਿਦਾਸ ਕਿਹਾ ਤੁਸਾਂ ਇੱਕ ਪੁਰਖਾ ਕਾਲ ਦੇ ਪੈਣਾ ਪੇਟੇ ਮੈਨੂੰ ਇਹੋ ਨਜ਼ਰੀ ਆਈਆ ਵਾਰਥਿਤ ਘੜੀ ਰੱਖਿਓ ਚੇਤੇ 24 ਚੇਤ ਦੇ ਆ ਸਮਝਾਈਆ ਤੇਗ ਬਹਾਦਰ ਹੱਥ ਤੁਹਾਡੇ ਲੇਖੇ ਲੇਖਾ ਤੁਰਦਾ ਦਾਇ ਮੁਕਈਆ ਜਿਸ ਵੇਲੇ ਗੁਰੇ ਅਵਤਾਰਾਂ ਪੀਰ ਪੈਗੰਬਰਾਂ ਦੇ ਮੁਕਨੇ ਠੇਕੇ ਆੜਤ ਗਾਹਕ ਦੋਵੇਂ ਰਹਿਣ ਕੋਈ ਨਾ ਪਾਈਆ ਉਸ ਵੇਲੇ ਤੁਸੀਂ ਉਸ ਭਗਵਾਨ ਦੇ ਬਣਨਾ ਬੇਟੇ ਜਿਹੜਾ ਵਟਿਆ ਜਿਹੜਾ ਵਟਿਆਂ ਵਿੱਚੋਂ ਧੰਨੇ ਵਰਗਿਆਂ ਰਿਹਾ ਬੁਝਾਈਆ ਉਹਨਾਂ ਕਿਹਾ ਸਾਡੇ ਵਿੱਚ ਕੌਣ ਉਹਨੂੰ ਵੇਖੇ ਕੌਣ ਦੇ ਵੇ ਸਮਝਾਈਆ ਰਵਿਦਾਸ ਕਿਹਾ ਉਹ ਆਪੇ ਕਰਕੇ ਚیتے ਤੁਹਾਨੂੰ ਲੈ ਉਠਾਈਆ ਆਪਣੇ ਸੰਤ ਵਿੱਚ ਆਪਣੇ ਨੇਤਰ ਪੇਖੇ ਦੇਵੇ ਮਾਨ ਵੜਾਈਆ ਪੂਰਬ ਲੈਣਾ ਰਖੀਏ ਚیتے ਇਹ ਭੁੱਲ ਭੁੱਲ ਕਦੈ ਨਾ ਜਾਇਆ ਬ੍ਰਾਹਮਣ ਨਹਾ ਧੋ ਕੇ ਇਧਰ ਉਹ ਧਰ ਪੇਖੇ ਕੀ ਮਿਲੇ ਤੈਨੂੰ ਵੜਾਈਆ ਅੰਦਰੇ ਅੰਦਰ ਪਹਿਲੇ ਜਨਮ ਦੇ ਕਰਕੇ ਚیتے ਸੁਧ ਬੁੱਧ ਸਮਝ ਸਕੇ ਕੋਈ ਨਰਾਈਆ ਜੋਤੀ ਜੋਤ ਸਰੂ ਭਰ ਆਪ ਆਪਣੀ ਕਿਰਪਾ ਕਰ sire ਆਪਣਾ ਹੱਥ ਟਿਕਾਈਆ ਉਸ ਕਿਹਾ ਉਹ ਮਿਲੇ ਭਗਵੰਤ ਭਾਗਾ ਭਰਿਓ ਤੁਹਾਨੂੰ ਦਿਆਂ ਸੁਣਾਈ ਆ ਤੁਸੀਂ ਨੰਗੇ ਪਿੰਡੇ ਵਾਲਿਆਂ ਬਣਨਾ ਸੱਚੇ ਸੰਤ ਸਾਹਿਬ ਸਤਿਗੁਰੇ ਆਪਣੇ ਰੰਗ ਰੰਗਾਈਆ ਤੁਹਾਡਾ ਇੱਕੋ ਹੋਣਾ ਮੰਤ ਮੰਤਵ ਦਿਆਂ ਸਮਝਾਈਆ ਤੁਹਾਡਾ ਸਾਥੀ ਨਾਲ ਹੋਵੇ ਬ੍ਰਾਹਮਣ ਪੰਡਿਤ ਜਿਸ ਅਗਲੇ ਜਨਮ ਲੇਖਾ ਤੁਹਾਡੇ ਨਾਲ ਜਣਾਈ ਆ ਉਸ ਵੇਲੇ ਅੰਦਰੇ ਅੰਦਰ ਇੱਕ ਰੂਪ ਹੋ ਕੇ ਕਰ ਲਿਓ ਮਿੰਨਤ ਧਿਆਨ ਚਰਣਾ ਵਿੱਚ ਰਖਾਈ ਆ ਜੋਤੀ ਜੋਤ ਸਰੂਪ ਭਰ ਆਪਨੀ ਕਿਰਪਾ ਕਰਮ ਪੂਰਵ ਲੇਖਾ ਦਏ ਮਿਟਾਈਆ ਨੋ ਕਹਿਣ ਹਿੰਮਤ ਕਰੀਏ ਕਿਹੜੀ ਸਾਨੂੰ ਦੇ ਸਮਝਾਈਆ ਰਵਿਦਾਸ ਨੇ ਕਿਹਾ ਜਿਸ ਵੇਲੇ ਚੜੋ ਉਸ ਦੀ ਬੇੜੀ ਬੇੜਾ ਸਮਝੋ ਬੇਪਰਵਾਹੀਆ ਹੰਕਾਰ ਵਿਕਾਰ ਦੀ ਛੱਡ ਦਿਓ ਢੇਰੀ ਮਾਇਆ ਮਨਤਾ ਮੋਹ ਮਿਟਾਈਆ ਚਰਨ ਕਵਲ ਬਣ ਕੇ ਚੇਰੀ ਸੱਚੀ ਸੇਵ ਲੈਣੀ ਕਮਾਈਆ ਤੁਹਾਡੇ ਵਾਸਤੇ ਇੱਕ ਓਟ ਬਥੇਰੀ ਚਵੀ ਚੇਤ ਮਿਲੇ ਮਾਨ ਵੜਿਆਈਆ ਪੰਡਤ ਵੀ ਆਵਣ ਜਾਵਣ ਚੁੱਕ ਜਾਏ ਗੇੜੀ ਗੇੜਾ ਅਗਲਾ ਪਿਛਲਾ ਦਾ ਇਹ ਘਟਾਈਆ ਤੁਸਾਂ ਨੌਵਾਂ ਜਾਣਿਆ ਹਰ ਸੰਗਤ ਨੂੰ ਕਹਿਣਾ ਇੱਕ ਵੇਰੀ ਸੱਚ ਸੰਦੇਸ਼ ਸੁਣਾਈਆ ਗੁਰਮੁਖੋ ਅਗੋਂ ਪ੍ਰਭ ਦੇ ਅਗੋਂ ਪ੍ਰਭੂ ਦੇ ਨਾਲ ਕਰਿਓ ਨਾ ਹੀਰਾ ਫੇਰੀ ਜਗਤ ਰੀਤੀ ਦਿਨੀ ਤਜਾਈਆ ਕੁੜੀ ਕਿਰਿਆ ਝੁੱਲਣ ਨਹੀਂ ਦੇਣੀ ਜਿਸ ਹਨ੍ਹੇਰੀ ਸੱਚ ਸੱਚ ਕਰਨੀ ਰੁਸ਼ਨਾਈਆ ਉਸ ਦੇ ਕਾਰਨ ਪਾਈ ਫੇਰੀ ਹੀਰਾ ਫੇਰੀ ਵਕਤ ਨਾ ਕੋਈ ਲੰਗਾਈਆ ਅੱਜ ਦੀ ਇਸ ਲਖਣੀ ਘੜੀ ਆਈ ਜਿਹੜੀ ਸਭ ਨੂੰ ਜਮਾ ਤੋਂ ਲਈ ਛੁਡਾਈਆ ਅੱਗੇ ਇੱਕ ਹੋਰ ਖੇਲ ਬਥੇਰੀ ਅੱਗੇ ਇੱਕ ਖੇਲ ਹੋਰ ਬਥੇਰੀ ਪਰਦਾ ਦਿਆਂ ਚੁਕਾਈਆ ਜੇ ਕਹੋਗੇ ਮੇਰੀ ਮੇਰੀ ਹੱਥ ਕੁਸ਼ਨਾ ਆਈਆ ਜੋਤੀ ਜੋਤ ਸਰੂ ਭਰ ਆਪ ਆਪਣੀ ਕਿਰਪਾ ਕਰ ਤੁਰ ਸੰਦੇਸ਼ਾ ਇੱਕ ਸੁਣਾਈਆ ਤੁਰ ਸੰਦੇਸ਼ਾ ਕਹੇ ਚਵੀ ਚੇਤ ਰਖਣਾ ਯਾਦ 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 ਵਿੱਚੋਂ ਦਵਾਈਆ ਪਾਲ ਸਿੰਘ ਰਹਾ ਨਹੀਂ ਸਖਣਾ ਦਰਗਾ ਸਾچی ਮਿਲੇ ਵੜਯਾਈਆ ਓ ਏ ਉਸੇ ਦਾ ਖੇੜਾ ਵਸਣਾ ਉਸੇ ਗ੍ਰਹਿ ਵਜੇ ਵਧਾਈਆ ਉਸ ਦਾ ਨੂਰ ਚਮਕਣਾ ਉਸੇ ਦੀ ਹੋਵੇ ਰੁਸ਼ਨਾਈਆ ਵੇਖਿਓ ਵੇਖਿਓ ਕਦੀ ਫੁੱਲ ਵਿੱਚ ਆ ਕੇ ਇਸ ਨੂੰ ਨਹੀਂ ਪਰਖਣਾ ਪਾਰਖਾਂ ਦਾ ਪਾਰ ਕੋਈ ਕੋ ਬੇਪਰਵਾਹੀਆ ਇਸ ਨੇ ਗੱਲਾਂ ਬਾਤਾਂ ਨਾਲ ਨਹੀਂ ਹੁਣ ਪਰਚਣਾ heira feeri ਨਾਲ ਨਾ ਕੋਈ ਪਰਮਾਈਆ ਜਿਹੜਾ ਵਿਛੜਿਆ ਉਸ ਮੁੜ ਕੇ ਇਸ ਦਰ ਨੇ ਹੀ ਪਰਤਣਾ 1084 ਦਾ ਸਜਾਈਆ ਦੂਤਾਂ ਨੂੰ ਡੰਡਦਿਆਂ ਇਹਨੂੰ ਕਦੇ ਨਾ ਆਵੇ ਤਰਸਣਾ ਗੁਰਮੁਖਾ ਗੁਰਮੁਖਾਂ ਨੂੰ ਆਪਣੀ ਗੋਦ ਬਾਈ ਗੁਰਮੁਖੋ ਵੇਲਾ ਆਉਣਾ ਤੁਸੀਂ ਇੱਕ ਦੂਜੇ ਦੇ ਪਿਆਰ ਨੂੰ ਤਰਸਣਾ ਬਿਨ ਮੇਰੇ ਪਿਆਰ ਹੱਥ ਕਿਸੇ ਨਾ ਆਈਆ ਤੁਹਾਨੂੰ ਕੋ ਕਰਮ ਕਰਦੇ ਆ ਅੱਗੇ ਹੋ ਕੇ ਨਹੀਂ ਵਰਜਣਾ ਹੁਕਮ ਦੇ ਨਾ ਕੋਈ ਸਮਝਾਈਆ ਜੋਤੀ ਜੋਤ ਸਰੂ ਭਰਾਬ ਆਪਣੀ ਕਿਰਪਾ ਕਰਤੁਰ ਫਰਮਾਣੇ ਦੇ ਦੜਾਈਆ ਚਵੀ ਚੇਤ ਕਹੇ ਬਣਿਓਨਾ ਚਾਤਰ ਚਲਾਕੇ ਕੰਮ ਕਿਸੇ ਨਾ ਆਈਆ ਜੇ ਜਿਉਣਾ ਤੇ ਪ੍ਰਭੂ ਦੇ ਖਾਤਰ ਬਾਕੀ ਖਤਰੇ ਵਿੱਚ ਸਰਬ ਲੁਕਾਈਆ ਜਗਤ ਸਵਾਨੀ ਕਿਸੇ ਕੰਮ ਨਾ ਆਵੇ ਮਲਿਆ ਦੰਦਾਸਾ ਮੁਖ ਦਾਤਣ ਕੂੜਾ ਰੰਗ ਨਾ ਕੋਈ ਵੜਿਆਈਆ ਮਨ ਚਤ్రਾਈ ਜੇ ਕੋਈ ਕਰੇ ਸਾਧਨ ਆਪਣਾ ਬਲ ਧਰਾਈ ਆ ਉਸ ਕੁਲਖਣੀ ਨੂੰ ਸਮਝੋ ਵਾਂਝਲ ਜਿਸ ਦਾ ਸਾਈਂ ਸਿਰ ਹੱਥ ਨਾ ਕੋਈ ਟਿਕਾਈਆ ਉਸ ਨੂੰ ਸਮਝੋ ਪਾਗਲ ਜੋ ਸਤਗੁਰ ਹੁਕਮ ਗਿਆ ਭਲਾਈਆ ਉਹ ਗੁਰਸਿੱਖ ਦਾ ਕਿਦਿਸੇ ਕਾਤਲ ਜੋ ਵੇਖ ਕੇ ਮੁਖ ਭੁਾਈਆ ਪਰਖ ਅਕਾਲ ਸੱਚਾ ਕਰਨੇ ਆਇਆ ਆਦਲ ਅਦਲੀ ਹੋ ਕੇ ਅਦਾਲਤ ਇੱਕ ਲਗਾਈਆ ਜਿਸ ਬ੍ਰਹਮੰਡ ਖੰਡ ਕਰਕੇ ਤਬਾਦਲ ਜਿਸ ਬ੍ਰਹਮੰਡ ਖੰਡ ਕਰਕੇ ਤਬਾਦਲੇ ਲਿਖੇ ਸਭ ਦੇ ਦਿਨੇ ਮੁਕਾਈਆ ਉਸ ਨੂੰ ਕਿਆ ਕੋਈ ਸਿੱਖਿਆ ਆਵੇ ਸਿਖਾਲਣ ਆਪਣੀ ਸਮਝ ਲਏ ਵੜਾਈਆ ਉਸ ਦਾ ਰੂਪ ਹਾਕਣ ਡਾਕਣ ਵਿਸ਼ਟਾ ਸਦਾ ਮੁਖ ਚਖਾਈਆ ਬਿਨਾ ਭਗਤ ਤੇ ਭਗਵਾਨ ਦਾ ਬਣਿਆ ਕੋਈ ਨਹੀਂ ਸਾਥਣ ਲੱਗੀ ਤੋੜ ਨਾ ਕੋਈ ਨਿਭਾਈਆ ਜਗਤ ਅੰਧੇਰਾ ਝੁਲਦਾ ਵੇਖੋ ਝਾਕੜ ਪਰ ਸੰਭਲਣਾ ਕੋਈ ਟਿਕਾਈਆ ਐ ਵੇਲਾ ਅੰਤ ਅਖੀਰ ਆਖਰ ਇੱਕੋ ਵਾਰ ਜਨਾਈਆ ਜਗਤ ਕਿਨਾਰਾ ਵੇਖੋ ਪਾਤਨ ਪਤਨ ਬੈਠਾ ਬੇਪਰਵਾਈਆ ਸਭ ਦੇ ਲੇਖੇ ਆਇਆ ਵਾਚਣ ਪੂਰਬ ਜਨਮਾਂ ਖੋਜ ਖੁਜਾਈਆ ਜਿਹੜੇ ਇਸ ਦੇ ਦਰਤੋਂ ਕਵਾਚਣੇ ਉਹਨਾਂ ਦੀ ਸਾਰ ਕਿਸੇ ਨਾ ਪਾਈਆ ਜੋਤੀ ਜੋਤ ਸ੍ਰੀ ਭਰਵ ਆਪਣੀ ਕਿਰਪਾ ਕਰ ਮਿਹਰ ਨਜ਼ਰ ਇਕ ਉਠਾਈਆ ਚਵੀ ਚੇਤ ਕਹੇ ਗੁਰਮੁਖੋ ਹੋ ਜਾਓ ਅਤੀਤ ਤੁਰਦਾ ਹੁਕਮ ਸੁਣਾਈ ਆ ਮਨ ਵਾਸਨਾ ਕਰ ਲੋ ਠੰਡੀ ਸੀਤ ਅਗਨੀ ਤਤ ਬੁਝਾਈ ਆ ਜਗਤ ਵਿਵਹਾਰੀ ਬਦਲ ਦਿਓ ਗੀਤ ਆਧਾਰੀ ਕੋ ਨਜ਼ਰੀ ਆਈਆ ਜੇ ਤੁਸੀਂ ਇਹਨੂੰ ਪਰਮਾਤਮ ਸਮਝੋ ਠੀਕ ਠਾਕਰ ਹੋ ਕੇ ਮਿਲੇ ਚਾਈ ਚਾਈਆ ਜੇ ਕੋਈ ਚਾਹੇ ਮੈਂ ਜਗਤ ਵਾਲੀ ਕਰਾਂ ਪ੍ਰੀਤ ਉਸ ਪ੍ਰੀਤੀ ਵਿੱਚੋਂ ਹੱਥ ਕਿਸੇ ਨਾ ਆਈਆ ਅਗਲਾ ਖੇਲੇ ਅਜਬੰਡੀ 77 ਫਰਮਾਨੇ ਦੇ ਦਰੜਾਈਆ ਇਸ ਨੂੰ ਇਸ ਦੇ ਦਰਸ ਦੀ ਇਸ ਦੇ ਦਰਸ ਨੂੰ ਤੁਹਾਨੂੰ ਲੱਗੀ ਰਹਿਣੀ ਉਡੀਕ ਲੱਬਿਆਂ ਹੱਥ ਕਿਸੇ ਨਾ ਆਈਆ ਹੌਲੀ ਹੌਲੀ ਤੁਹਾਨੂੰ ਲਿਆਂਦਾ ਕਸੀਟ ਇਸ ਮੰਜ਼ਲ ਦਿੱਤਾ ਚੜਾਈਆ ਹੁਣ 2021 ਬਿਕਰ ਮੀ ਗਈ ਵੀ ਤੇ ਆਪਣਾ ਪੰਧ ਮੁਕਾਈਆ ਹੁਣ ਸ੍ਰੀ ਭਗਵਾਨ ਨੇ ਆਪਣੀ ਬਦਲ ਦੇਣੀ ਰੀਤ ਰੀਤੀ ਸਭ ਦੀ ਦੇਣੀ ਬਦਲਾਈਆ ਚਵੀ ਚੇਤ ਕਹੇ ਮੈਂ ਕਰਾਂ ਤਸਦੀਕ ਸ਼ਹਾਦਤ ਦੇਵਾ ਪਾਈਆ ਗੁਰਮੁਖੋ ਜਿਸ ਦੀ ਬਿਨਾ ਪਿਆਰ ਤੋਂ ਹੋਰ ਕੋਈ ਦੇਣੀ ਨਹੀਂ ਪੈਂਦੀ ਫੀਸ ਭੇਟਾ ਜਗਤ ਨਾ ਕੋਈ ਚੜਾਈਆ ਨਵੀਂ ਨਵੀਨ ਨਵ ਜੁਗ ਦੀ ਨਵੀਂ ਤਾਰੀਖ ਨਵੀਂ ਨਵੀਨ ਨਵ ਜੁਗ ਦੀ ਨਵੀਂ ਤਾਰੀਖ ਤਵਾ ਰੀਖ ਤੁਹਾਡੀ ਦਇ ਬਣਾਈ ਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰਨੇ ਹੈ ਕਲੰਕ ਨਾਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੱਚ ਸੰਦੇਸ਼ਾ ਇੱਕ ਨਰੇਸ਼ਾ ਹੁਕਮ ਤੁਰਦੇ ਦੇ ਦੜਾਈਆ ਚਵੀ ਚੇਤ ਕਹੇ ਮੇਰੀ ਮਾਨੇ ਅਰਜ਼ ਬੇਨਤੀ ਰਹਾ ਸੁਣਾਈਆ ਕਿਰਪਾ ਕਰਨਾ ਪ੍ਰਭੂ ਤੇਰਾ ਫਰਜ਼ ਨੇਹਰ ਨਜ਼ਰ ਮਿਹਰ ਉਠਾਈਆ ਰੀਤੀ ਕਰਨੀ ਗੁਰਮੁਖੋ ਤੁਹਾਡੀ ਗਰਜ਼ ਵਸਤੇ ਮੋਲ ਕਚੋਲੀ ਪਾਈਆ ਇਹਨਾਂ ਦੇ ਕਰਮਾਂ ਦੀ ਵੇਖ ਕੇ ਫਰਜ਼ ਫੈਸਲੇ ਸਾਰੇ ਦੇ ਸੁਣਾਈਆ ਕੁੜੀ ਕਿਰਿਆ ਰਹੇ ਕੋਈ ਨਾ ਗਰਦ ਗੁਬਾਰ ਦੇ ਮਿਟਾਈਆ ਦਰਦਿਆਂ ਦਾ ਵੰਡ ਦਰਦ ਦੁਖੀਆਂ ਦਾ ਹੋ ਸਹਾਈਆ ਤੇਰੇ ਦਰਸ ਨੂੰ ਅੱਗੇ ਕੋਈ ਨਾ ਜਾਵੇ ਤਰਸ ਘਰ ਘਰ ਖੁਸ਼ੀ ਦੇਣੀ ਵਿਖਾਈਆ ਜਿਸ ਕਰਨ ਆਇਓ ਪਰਤ ਪਰਮਾਤਮ ਹੋ ਕੇ ਆਪਣਾ ਖੇਲ ਦੇਣਾ ਵਿਖਾਈਆ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਜੋਤ ਤਾਰੇ ਸਾਚੀ ਬਖਸ਼ਣੀ ਇੱਕ ਸਰਨਾਈਆ ਚਵੀ ਚੇਤ ਕਹੇ ਮੈਂ ਵੇਖਣੀ ਉਹ ਫੁਲਵਾੜੀ ਜਿਸ ਦੇ ਫੁੱਲ ਗੁੱਲ ਗੁੰਚੇ ਸਮਝ ਕੋਈ ਨਾ ਪਾਈਆ ਮੈਂ ਪਹਿਲੇ ਸਮਤ ਦੀ ਪਹਿਲੀ ਵੇਖਣੀ ਹੜੀ ਹਰ ਸੰਗਤ ਦੀ ਪ੍ਰੇਮ ਹਰ ਦੀ ਸੰਗਤ ਪ੍ਰੇਮ ਨੂਰ ਰੁਸ਼ਨਾਈਆ ਮੈਂ ਮੰਗਣੇ ਆਉਣੀ ਵਾੜੀ ਦਰ ਠੰਡੇ ਅਲਖ ਸੁਨਾਈਆ ਤੂੰ ਰਹਿਮਤ ਕਰਨੀ ਭਾਰੀ ਬਖਸ਼ਿਸ਼ ਝੋਲੀ ਦੇਣੀ ਭرائیਆ ਖੁਸ਼ੀ ਹੋਵਾ ਖੇਲ ਵੇਖ ਕੇ ਨਿਆਰੀ ਨਿਰਾਰਾਕਾਰ ਨਿਰੰਕਾਰ ਬੇਪਰਵਾਈਆ ਜਨ ਭਗਤਾ ਮਿਲਦੀ ਵੇਖਾਂ ਸਰਦਾਰੀ ਸਚਖੰਡ ਸੱਚੇ ਮਾਣ ਵੜਿਆਈਆ ਗੁਰੇ ਅਵਤਾਰ ਪੀਰ ਪੈਗੰਬਰ ਕਹਿਣ ਸਾਨੂੰ ਸੋਣੀ ਲਗਣੀ ਉਹ ਬਹਾਰੀ ਜੈਸ ਰੁੱਤ ਮੌਲ ਕੇ ਆਪਣਾ ਰੰਗ ਬਦਲਾਈਆ ਚਿੱਟੀ ਧਾਰ ਗੁਰਮੁਖ ਨਜ਼ਰ ਆਉਣ ਵਿੱਚ ਸੰਸਾਰੀ ਤਨ ਬਸਤਰ ਸੋਹਣਾ ਰੂਪ ਵਟਾਈਆ ਉਸ ਦਿਵਸ ਦੀ ਖੁਸ਼ੀ ਅਪਾਰੀ ਮਹਿਮਾ ਅਪਾਰ ਦੇ ਆਂ ਦੜਾਈਆ ਜਿਸ ਦਾ ਹੁਕਮ ਵਰਤਣਾ ਦੋ ਧਾਰੀ ਨਾ ਕੋਈ ਮਿੱਠੇ ਮੀਠ ਮਿਟਾਈਆ ਭਗਤੋ ਜਾਂ ਭਗਵਾਨ ਦੇ ਨਾਲ ਲੱਗੀ ਰਹਿ ਜਾਣੀ ਯਾਰੀ ਜਾਂ ਨਾਤੇ ਜਣੇ ਤੜਾਈਆ ਇਹ ਖੇលਿਆ ਜਬ ਨਿਆਰੀ ਨਿਰਾਕਾਰ ਹੋ ਕੇ ਦੇਣੀਂ ਕਰਾਈਆ ਕੁੜੀ ਕਿਰਿਆ ਦੀ ਰਹਿਣ ਨਹੀਂ ਦੇਣੀ ਵਿੱਚ ਬਿਮਾਰੀ ਬਾਹਰੋਂ ਨਿਰਮਲ ਅੰਦਰੋਂ ਨਿਰਮਲ ਦੇਣੇ ਬਣਾਈਆ ਜੇ ਪਸੰਦ ਆਵੇ ਤੇ ਫੇਰ ਰੱਖਿਓ ਮੇਰੇ ਨਾਲ ਯਾਰੀ ਝੂਠੇ ਯਰਾਨੇ ਦੀ ਲੋੜ ਰਹੇ ਨਾ ਰਾਇਆ ਮੈਂ ਫੇਰ ਨਾ ਬਣ ਕੇ ਵੱਡ ਸੰਸਾਰੀ ਸਵਾਦਾਂ ਸਾਰੇ ਦੇਣੇ ਕਰਾਈਆ ਪੂਰਨ ਨਾ ਸਮਝਿਓ ਪੂਰਨ ਜੋਤ ਨਿਰੰਕਾਰੀ ਤੁਰਦਾ ਹੁਕਮ ਇਕ ਵਰਤਾਈਆ ਸ਼ਬਦ ਸੰਦੇਸ਼ਾ ਕਰੇ ਖਬਰਦਾਰੀ ਬੇ ਖਬਰਾਂ ਖਬਰ ਪਹੁੰਚਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸਚ ਕਰਨੀ ਆਪਣੇ ਹੱਥ ਰਖਾਈਆ ਚਵੀ ਚੇਤ ਕਹੇ ਮੈਂ ਖੁਸ਼ੀ ਹੁਮਾ ਵੇਖ ਵੇਖ ਕੇ ਸੰਤ ਸਮ ਸਮਾ ਰਹਾ ਬਦਲਾਈਆ ਲੇਖਾ ਮੁਕ ਗਿਆ ਬ੍ਰਹਮਣ ਪੰਡਤ ਪੰਜ ਤਤ ਦਿੱਤੀ ਵਡਿਆਈਆ ਨਵੀਂ ਚੜ ਗਈ ਰੰਗਤ ਬਖਸ਼ ਸੱਚ ਸਰਨਾਈਆ ਪਿਆਰੀ ਲਗੀ ਸੰਗਤ ਗੁਰਮੁਖ ਜੋੜ ਜੜਾਈਆ ਜੋਤੀ ਜੋਤ ਸਰੂਪ ਹਰੇ ਆਪ ਆਪਣੀ ਕਿਰਪਾ ਕਰ ਮਿਹਰੇ ਨਜ਼ਰ ਨਾਲ ਤਰਾਈਆ 24 ਚੇਤ ਕਹੇ ਗੁਰਮੁਖ ਜਾਏ ਨਾ ਕੋਈ ਉਦਾਸ 24 ਚੇਤ ਕਹੇ ਗੁਰਮੁਖ ਜਾਏ ਨਾ ਕੋਈ ਉਦਾਸ ਮੇਰੀ ਨਿਸ਼ਾਨੀ ਝੋਲੀ ਦੇਣੀ ਪਾਈਆ ਇਹ ਸੁਣਾਉਣੀ ਗਾਥ ਤੁਰਦਾ ਹੁਕਮ ਦਰੜਾਈਆ ਬੱਚਿਓ ਸੱਚੀ ਸਿੱਖ ਲਓ ਜਾਜ ਨਿੱਕਿਆਂ ਵੱਡਿਆਂ ਦਾ ਪੜਾਈਆ ਜੇ ਪੁਰਖ ਕਾਲ ਨੂੰ ਸਮਝੋ ਬਾਪ ਭਾਈ ਭੈਣ ਸਾਰੇ ਨਜ਼ਰੀ ਆਇਆ ਹਰ ਸੰਗਤ ਵਿੱਚ ਪ੍ਰੇਮ ਸਭ ਦਾ ਸੱਜਣ ਤੇ ਸਭ ਦਾ ਸਾਖ ਸੰਬੰਧੀ ਦਿੱਤਾ ਬਣਾਈ ਆ ਗੁਰਮੁਖੋ ਤੁਹਾਡਾ ਬਣਾਉਣਾ ਇਤਫਾਕ ਘਰ ਘਰ ਵਿੱਚੋਂ ਕੂੜਾ ਝਗੜਾ ਦੇਣਾ ਕਢਾਈ ਆ ਸਤਾਰਾ ਹਾੜ ਨੂੰ ਈਕੀਆਂ ਦੀ ਬਣਾ ਦੇਣੀ ਜਮਾਤ ਜੋ ਗੁਰਮੁਖਾਂ ਦੇ ਫੈਸਲੇ ਦਾ ਇਕਰਾਈਆ ਜੇ ਨਿਭੂ ਤੇ ਪੱਕੀ ਮੇਰੇ ਸਾਥ ਨਹੀਂ ਤੇ ਇੱਥੇ ਉੱਥੇ ਹੋਏ ਜੁਦਾਈਆ ਵੇਖੋ ਹੁਣ ਕਿਨੂੰ ਮਿਲਦੀ ਸ਼ਾਬਾਸ਼ ਕਿਹੜੇ ਜਾਂਦੇ ਪੱਲੂ ਛੜਾਈਆ ਬਚਨ ਸ਼ਬਦ ਹੁਕਮ ਅਖੀਰੀ ਇੱਕੋ ਵਾਰ ਦੇਵੇ ਆਖ ਦੁਹਰਾਉਣ ਦੀ ਲੋੜ ਰਹੇ ਨਾਰਾਈਆ ਜਾਂ ਅਜ਼ੀਜ਼ ਬਣੋ ਜਾਂ ਗੁਸਤਾਖ ਅਦ ਵਿਚਕਾਰ ਲਟਕਦਾ ਨਜ਼ਰ ਕੋਈ ਨਾ ਆਈਆ ਜਾਂ ਜਨਮ ਕਰਮ ਭੋਗੋ ਜਾਂ ਕਰਾ ਲਓ ਮੁਆਫ ਬਰੀ ਆਪਣਾ ਆਪ ਕਰਾਈਆ ਨਵੇਂ ਸਮੱਦੀ ਨਵੀਂ ਸਿੱਖ ਲੋ ਜਾਚ ਯਾਚਕ ਬਣ ਕੇ ਸੇਵ ਕਮਾਈਆ ਨਾਉ ਪੂਰਨ ਰਹਾ ਨਾਉ ਪੂਰਨ ਵਾਲੀ ਬਾਤ ਪਤ ਪਰਮੇਸ਼ਵਰ ਹੋ ਕੇ ਆਪਣਾ ਹੁਕਮ ਵਰਤਾਇਆ ਗੁਰਮੁਖ ਹੋ ਕੇ ਬਣਿਓ ਨਾਨਾਰ ਕਮਜ਼ਾਤ ਕੁਲਖਣੀ ਹੋ ਨਾ ਮੁਖ ਭਾਈਆ ਜਿਸ ਦਾ ਲੇਖਾ ਹੋ ਸਦਾ ਹਿਸਾਬ ਦੇਵਨ ਹਰ ਆਉ ਹੋ ਗੁਸਾਈਆਂ ਜੇ ਤੁਸਾਂ ਕਿਸੇ ਬਚਨ ਵਿੱਚ ਦੇਣਾ ਹੋਵੇ ਜਵਾਬ ਜਵਾਬ ਦੇਣ ਤੋਂ ਪਹਿਲਾਂ ਬੇਨਤੀ ਕਰਕੇ ਆਪਣਾ ਪੱਲਾ ਲਓ ਛੜਾਈਆ ਹੁਣ ਰਹਿਣ ਨਹੀਂ ਦੇਣਾ ਅੰਦਰੋਂ ਓਲਾ ਤੇ ਬਾਹਰੋਂ ਕਹੋ ਗੁਰੂ ਮਹਾਰਾਜ ਪਾਤਸ਼ਾਹ ਸੱਚਾ ਕਹਿ ਕੈ ਸੀ ਸੁਨਵਾਈਆ ਮੈਂ ਅੰਦਰ ਫੋਲ ਕੇ ਸਬਦਾ ਵੇਖਣਾ ਤਾਕ ਕਵਣ ਨੇਕ ਕਵਣ ਠੱਗ ਕਵਣ ਯਾਰ ਕਵਣ ਬਧੀ ਰਹਾ ਕਮਾਈਆ ਗੁਰਮੁਖੋ ਹਰ ਸੰਗਤ ਵਿੱਚ ਰਹਿਣ ਨਹੀਂ ਦੇਣਾ ਝਗੜਾ ਫਸਾਦ ਪ੍ਰੇਮ ਪ੍ਰੀਤੀ ਦੇਣੀ ਸਿਖਾਈਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸ਼ਬਦ ਅਗੰਮੀ ਆਏ ਆਵਾਜ਼ ਰਾਜ਼ ਰਮਜ਼ ਨਾਲ ਖੁਲਾਈਆ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ